ਫੀਟ 480 ਟਰੈਕਟਰ ਹੈ ਅਤੇ ਤੁਸੀਂ ਇਹ ਚੈੱਕ ਕਰੋ ਦੋਸਤੋ। ਇਹ ਨਾ ਕਜ਼ਨ ਸਾਡਾ ਆਇਆ ਸੀ, ਅਸੀਂ ਪਹਿਲਾਂ 640 ਨਾਲ ਮਾਰ ਰਹੇ ਸੀ ਡਿਕਸਾਂ, ਕਹਿੰਦਾ ਨਹੀਂ ਜੀ ਮੈਂ ਇਹ ਫੀਟ 480 ਨਾਲ ਡਿਕਸਾਂ ਖਿਚਾਉਣੀਆਂ। ਦੋਸਤ ਕਹਿੰਦੇ ਨਹੀਂ, ਕਹਿੰਦਾ ਜੀ ਖਿਚਾਉਣੀਆਂ, ਹੁਣ ਦੇਖੋ ਤੁਹਾਡੇ ਸਾਹਮਣੇ ਚੱਲ ਰਿਹਾ ਬਿਹਤਰੀਨ। ਅਸੀਂ ਮੰਨਦੇ ਨਹੀਂ ਸੀਗੇ ਫੀਟ 480 ਇੰਨੀ ਖਿਚਾਈ ਕਰੇਗਾ ਡਿਕਸਾਂ ਦੇ ਉੱਤੇ, ਬਿਹਤਰੀਨ ਚੱਲਦਾ ਪਿਆ, ਕੋਈ ਸਲਿਪ ਨਹੀਂ, ਕੋਈ ਸ਼ੈ ਨਹੀਂ, ਫੁੱਲ ਡਿਕਸਾਂ ਖੋਲੀਆਂ ਹੋਈਆਂ ਨੇ। ਜਿੱਥੇ 640 ਦੇ ਪਿੱਛੇ ਸੀ ਜਿਹੜੀ ਕਿੱਲੀ, ਅਤੇ ਉਹਦੇ ਪਿੱਛੇ ਹੀ ਅਸੀਂ ਪਾਈਆਂ ਨੇ ਉਸੇ ਤਰੀਕੇ ਨਾਲ। ਇਹ ਫੀਟ 480 ਪਿੱਛੇ ਛੋਟਾ ਫੀਟ ਬਿਹਤਰੀਨ ਤਰੀਕੇ ਨਾਲ ਚੱਲ ਰਿਹਾ, ਫੁੱਲ ਖੋਲੀਆਂ ਹੋਈਆਂ ਡਿਕਸਾਂ ਨੇ, ਲੱਗ ਚੈੱਕ ਕਰੋ, ਨਵੀਆਂ ਡਿਕਸਾਂ ਨੇ, ਵਜ਼ਨੀ ਬਣੀਆਂ ਹੋਈਆਂ, ਕਿਸੇ ਕਿਸਮ ਦਾ ਧੂੰਆਂ ਛੂਆਂ ਨਹੀਂ ਦਿਖਾ ਰਿਹਾ। ਪਹਿਲੇ ਹਾਈ ਗੇਅਰ ਦੇ ਵਿੱਚ ਚਲਾ ਰਹੇ ਹਾਂ ਅਸੀਂ ਇਹਨੂੰ। ਤੁਸੀਂ ਬਾਕੀ ਇਹਦੀ ਲੱਗ ਚੈੱਕ ਕਰੋ, ਆ ਤੁਹਾਨੂੰ ਜ਼ੂਮ ਕਰਕੇ ਮੈਂ ਦਿਖਾ ਰਿਹਾ ਸੀ ਕਿ ਡਿਕਸਾਂ ਕਿੰਨੀਆਂ ਲੱਗ ਰਹੀਆਂ ਨੇ, ਨਵੇਂ ਤਵੇ ਨੇ, ਅੱਛੀਆਂ ਬਣੀਆਂ ਹੋਈਆਂ ਨੇ ਸਿੰਧ ਦੀਆਂ, ਬਾਕੀ ਕਿਸੇ ਕਿਸਮ ਦੀ ਬਿਹਤਰੀਨ। ਉਸ ਤੋਂ ਬਾਅਦ ਤੁਹਾਨੂੰ ਫੀਟ 480 ਪਿੱਛੇ ਵੀ ਪਾ ਕੇ ਨਾ ਅਸੀਂ ਚੈੱਕ ਕਰਵਾਵਾਂਗੇ ਕਿ ਉਹ ਵੀ ਬਿਹਤਰੀਨ ਖਿਚਾਈ ਕਰਦਾ, ਅਤੇ ਉਹਦੇ ਨਾਲੋਂ ਬਿਹਤਰ ਸਾਨੂੰ ਤਾਂ ਫੀਟ 480 ਲੱਗਿਆ ਕਿ ਅਸੀਂ ਯਕੀਨ ਨਹੀਂ ਸੀ ਕਰਦੇ। ਕਦਨ ਕਹਿ ਰਿਹਾ ਸੀ ਕਿ ਨਹੀਂ ਬਸ ਮੈਂ ਨਾ ਇਹਦੇ ਪਿੱਛੇ ਪਾ ਕੇ ਇੱਕ ਵਾਰੀ ਨਾ ਖਿਚਾਉਣੀ ਹੈ। ਪਹਿਲੇ ਹਾਈ ਗੇਅਰ ਦੇ ਵਿੱਚ ਆ ਰਿਹਾ, ਦੇਖੋ ਟੋਰਾ ਚੈੱਕ ਕਰੋ, ਮਾਸ਼ਾਅੱਲਾ ਬਿਹਤਰੀਨ ਚੱਲ ਰਿਹਾ, ਟੋਰਾ ਵੀ ਚੰਗਾ, ਟਰੈਕਟਰ ਦਾ ਜ਼ਮੀਨ ਵੀ ਸਹੀ ਬਣਦੀ ਪਈ ਹੈ, ਅੱਛੀ ਕਾਰਗਰਦਗੀ ਚੱਲ ਰਹੀ ਆ, ਬਾਕੀ ਬਿਹਤਰੀਨ ਕਿਸਮ ਦਾ ਚੱਲਿਆ ਟਰੈਕਟਰ, ਅੱਛਾ 86 ਮਾਡਲ ਟਰੈਕਟਰ ਆ, ਫੀਟ 480, ਸਿੰਧ ਦੀਆਂ ਬਣੀਆਂ ਹੋਈਆਂ ਡਿਕਸਾਂ ਨੇ, ਜਾਮ ਸ਼ੋਰੋ ਦੀਆਂ। ਇੱਕ ਆਪਣੇ ਇਲਾਕੇ 'ਚ ਦੋਸਤ ਲੈ ਕੇ ਆਇਆ ਸੀ, ਅਤੇ ਅਸੀਂ ਆਪਣੇ ਮਾਰਨ ਵਾਸਤੇ ਲੈ ਕੇ ਆਇਆ ਸੀ, ਪਹਿਲੇ 85 ਪਿੱਛੇ ਵੀ ਚੈੱਕ ਕਰੀਆਂ, 640 ਪਿੱਛੇ ਵੀ ਚੈੱਕ ਕਰੀਆਂ ਨੇ, ਅਤੇ ਹੁਣ 480 ਦੀ ਵਾਰੀ ਸੀ। ਬਾਕੀ ਚੈੱਕ ਕਰੋ ਕਿ ਜ਼ੁਲਮ ਹੋ ਰਿਹਾ ਫੀਟ 480 ਨਾਲ ਕਿ ਸਹੀ ਚੱਲ ਰਿਹਾ। ਦੋਸਤ ਕਮੈਂਟ ਵਿੱਚ ਦੱਸਿਓ ਕੈਸੀਆਂ ਚੱਲ ਰਹੀਆਂ ਨੇ ਡਿਕਸਾਂ, ਧੂੰਆਂ ਛੂਆਂ ਕੋਈ ਸ਼ੈ ਨਹੀਂ ਹੈ ਉੱਥੇ, ਤੁਹਾਡੇ ਸਾਹਮਣੇ ਬਿਹਤਰੀਨ ਚੱਲ ਰਹੀਆਂ ਨੇ।